ਮੇਰੇ ਪਿਆਰੇ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਆਪਣੀਆਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਟ੍ਰੋਬਰੀ ਦੇ ਖੇਤ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਪਪੂਲਰ ਦੀ ਨਰਸਰੀ ਬਾਰੇ ਜਾਣਕਾਰੀ ਸ਼ੇਅਰ ਕਰਦੇ ਹਾਂ ਕਿਉਂਕਿ ਹੁਣ ਕਈ ਫਾਰਮਰ ਪਪੂਲਰ ਦੀ ਖੇਤੀ ਵੀ ਕਰਨ ਲੱਗ ਪਏ ਹਨ ਜਾਂ ਕਈਆਂ ਕੋਲ ਬਰਾਨੇ ਖੇਤ ਹੁੰਦੇ ਹਨ ਅੱਧਾ ਕਿੱਲਾ ਪੌਣਾ ਕਿੱਲਾ ਉਹਦੇ ਵਿੱਚ ਸੋਚਦੇ ਹਨ ਕਿ ਅਸੀਂ ਪਪੂਲਰ ਦੀ ਖੇਤੀ ਕਰ ਲਈਏ ਚਲੋ ਥੋੜਾ ਟਾਈਮ ਤੇ ਲੈਂਦੀ ਹੈ ਬਟ ਨਾ ਨਾਲੋਂ ਫਿਰ ਵੀ ਕੁਝ ਨਾ ਕੁਝ ਠੀਕ ਹੈ ਅੱਜ ਆਪਾਂ ਇੱਥੇ ਯੂਪੀ ਦੇ ਵਿੱਚ ਪਪੂਲਰ ਦੀ ਨਰਸਰੀ ਦੇ ਵਿੱਚ ਆਏ ਹੋਏ ਹਾਂ ਤੁਹਾਡੇ ਨਾਲ ਇਸ ਬਾਰੇ ਜਾਣਕਾਰੀ ਸ਼ੇਅਰ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਪੂਲਰ ਦੀ ਪਹਿਲਾਂ ਜਿਹੜੀ ਨਰਸਰੀ ਲਗਾਈ ਹੋਈ ਹੈ ਇਸ ਨੂੰ ਆਪਾਂ ਬਿਲਕੁਲ ਛੋਟੇ ਜਿਹੇ ਨੂੰ ਲਗਾ ਦੇਣਾ ਹੈ ਜਿਵੇਂ ਆ ਦੇਖੋ ਇੱਥੇ ਆ ਲੱਗਾ ਹੋਇਆ ਹੈ ਇੱਥੇ ਆ ਆਪਾਂ ਬਿਲਕੁਲ ਛੋਟਾ ਡੰਡਾ ਲਗਾ ਦੇਣਾ ਹੈ ਅਤੇ ਇਹ ਬਾਅਦ ਚੋਂ ਤਿਆਰ ਹੋ ਜਾਂਦਾ ਹੈ ਇਹ ਜੋ ਤੁਸੀਂ ਦੇਖ ਪਾ ਰਹੇ ਹੋ ਇਹ ਲਗਭਗ 11 ਮਹੀਨਿਆਂ ਦੇ ਕਰੀਬ ਹੋ ਗਿਆ ਹੈ ਅਤੇ ਇਹ ਜਿਹੜਾ ਬੂਟਾ ਹੈ ਇਹ ਲਗਭਗ 1 ਸਾਲ ਦੇ ਵਿੱਚ ਤਿਆਰ ਹੋ ਜਾਂਦਾ ਹੈ ਅਤੇ 1 ਸਾਲ ਦੇ ਵਿੱਚ ਇਸ ਦੇ ਬੂਟੇ ਨੂੰ ਤਿਆਰ ਹੋਣ ਤੋਂ ਬਾਅਦ ਆਪਾਂ ਜਿੱਥੇ ਵੀ ਆਪਣੇ ਖੇਤ ਦੇ ਵਿੱਚ ਪਲਾਂਟੇਸ਼ਨ ਕਰਨੀ ਹੋਵੇ ਆਪਾਂ ਕਰ ਸਕਦੇ ਹਾਂ ਅਤੇ ਬੂਟਾ ਤੁਰਦਾ ਵੀ ਕਾਫੀ ਅੱਛਾ ਹੈ ਇਹ ਤਕਰੀਬਨ 2-3 ਕਨਾਲਾਂ ਦੇ ਵਿੱਚ ਲੱਗੀ ਹੋਈ ਹੈ ਨਰਸਰੀ ਅਤੇ ਜਿੰਨੇ ਆਪਾਂ ਸਪੇਸ ਦੇ ਕੇ ਬੂਟੇ ਲਗਾਣੇ ਹੁਣ ਲਗਾ ਸਕਦੇ ਹਾਂ ਜੇ ਆਪਾਂ ਇਹਨਾਂ ਦੇ ਵਿੱਚ ਬੂਟਿਆਂ ਦੇ ਵਿੱਚ ਲਗਭਗ ਸਪੇਸ ਦੀ ਗੱਲ ਕਰੀਏ ਕਰੀਏ ਲਗਭਗ ਸਾਰੇ ਪਾਸਿਓਂ ਆਪਾਂ ਦੇਖੀਏ ਫੁੱਟ ਬਾਏ ਫੁੱਟ ਦਾ ਵਾਇਆ ਹੈ ਮਤਲਬ ਇੰਨੇ ਸਪੇਸ ਤੇ ਆਪਾਂ ਇਸ ਦੀ ਨਰਸਰੀ ਤਿਆਰ ਕਰਨੀ ਹੈ ਇਹ ਤਕਰੀਬਨ ਜੇ ਆਪਾਂ ਨਰਸਰੀ ਦੀ ਗੱਲ ਕਰੀਏ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਸ ਦੇ ਵਿੱਚ ਲਗਭਗ 4 ਫੁੱਟ ਬਾਏ 4 ਫੁੱਟ ਦਾ ਸਪੇਸ ਹੈ ਦੋਵਾਂ ਪਾਸੇ ਜੇ ਆਪਾਂ ਨਰਸਰੀ ਦੀ ਗੱਲ ਕਰੀਏ ਤੇ ਜਦੋਂ ਆਪਾਂ ਇਸ ਨੂੰ 1 ਸਾਲ ਦੇ ਨੂੰ ਤਿਆਰ ਕਰਕੇ ਖੇਤ ਵਿੱਚ ਲਗਾਉਣਾ ਹੈ ਤਾਂ ਖੇਤ ਵਿੱਚ ਆਪਾਂ 9 ਫੁੱਟ ਦੇ ਸਪੇਸ ਤੇ ਵੀ ਲਗਾ ਸਕਦੇ ਹਾਂ ਅਤੇ 12 ਫੁੱਟ ਦੇ ਸਪੇਸ ਤੇ ਵੀ ਲਗਾ ਸਕਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਸਾਹਮਣੇ ਦਿਖਾਉਣਾ ਹਾਂ ਕਿ ਕਿੰਨੇ ਫੁੱਟ ਦੇ ਸਪੇਸ ਤੇ ਲੱਗੇ ਹੋਏ ਹਨ ਜਿਵੇਂ ਕਿ ਇਹ ਸਾਹਮਣੇ ਨਰਸਰੀ ਤੋਂ ਬਾਹਰ ਪਪਲਰ ਲੱਗੇ ਹੋਏ ਹਨ ਇਹ ਆਪਾਂ ਸਾਹਮਣੇ ਦੇਖ ਰਹੇ ਆਂ ਵੀਡੀਓ ਇਹ ਤਕਰੀਬਨ ਤਕਰੀਬਨ 9 ਤੋਂ 10 ਫੁੱਟ ਦਾ ਇਸ ਵਿੱਚ ਡਿਫਰੈਂਸ ਹੈ ਇਸ ਡਿਫਰੈਂਸ ਤੇ ਆਪਾਂ ਇਸ ਨੂੰ ਲਗਾ ਸਕਦੇ ਹਾਂ ਇਹ ਸਾਰਾ ਇਹ ਬਿਲਕੁਲ ਇਸ ਟਾਈਮ ਲਾਸਟ ਸਟੇਜ ਤੇ ਹੈ ਇਸ ਤੋਂ ਬਾਅਦ ਆਪਾਂ ਇਸ ਨੂੰ ਖੇਤ ਦੇ ਵਿੱਚ ਲਗਾ ਦੇਣਾ ਹੈ ਇਹ ਦੇਖੋ ਤਕਰੀਬਨ ਹੀ ਇਹ ਸਾਰੇ ਦੀ ਸਾਰੀ ਨਰਸਰੀ ਤਿਆਰ ਹੋ ਚੁੱਕੀ ਹੈ ਸਾਰਿਆਂ ਦਾ ਲਗਭਗ ਸਾਈਜ਼ ਜਿਸ ਟਾਈਪ ਦਾ ਸਾਇਜ ਸਾਰਿਆਂ ਦਾ ਬਣਿਆ ਹੋਇਆ ਹੈ ਆਪਾਂ ਇਸ ਨੂੰ ਜਿਹੜੇ ਵੀ ਆਪਾਂ ਖੇਤ ਵਿੱਚ ਲਗਾਉਣਾ ਹੋਵੇ ਆਪਾਂ ਇਸ ਦੀ ਪਲਾਂਟੇਸ਼ਨ ਕਰ ਸਕਦੇ ਹਾਂ ਅਤੇ ਇਹ ਤਕਰੀਬਨ ਹੀ ਨਰਸਰੀ ਦੇ ਵਿੱਚ ਜਰਮੀਨੇਸ਼ਨ ਵੀ ਕਾਫੀ ਅੱਛਾ ਹੋਇਆ ਹੈ ਸਾਰੇ ਹੀ ਬੂਟੇ ਕਾਫੀ ਜ਼ਿਆਦਾ ਸਾਫ਼ ਹਨ ਜਿਵੇਂ ਆਪਾਂ ਦੇਖੀਏ ਔਰ ਸਾਰੇ ਦੇ ਸਾਰੇ ਜਿਹੜੇ ਬੂਟੇ ਜਿਵੇਂ ਹੀ ਲਗਾਏ ਹਨ ਉਵੇਂ ਹੀ ਇਹ ਤਿਆਰ ਹੋਏ ਹੋਏ ਹਨ ਜੀ ਬਾਕੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਦਾ ਐਗਰੀਕਲਚਰ ਐਂਡ ਡੇਰੀ ਫਾਰਮਿੰਗ ਅਵੇਅਰਨੈਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਇਸ ਤੋਂ ਇਲਾਵਾ ਕਿਸੇ ਟੋਪਿਕ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਕਮੈਂਟ ਜਰੂਰ ਕਰੋ ਤਾਂ ਕਿ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਆ ਸਕੀਏ